ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਫਤੂਰ ਇੰਟਰਨੈਸ਼ਨਲ ਜਿਹੜੀ ਵੀ ਚੈਨਲ ਦੇ ਉੱਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਜਿਨ੍ਹਾਂ ਨੇ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਤੇ ਨੋਟੀਫਿਕੇਸ਼ਨ ਜਿਹੜੀ ਹੈ ਜੀ ਸਿੱਧੀ ਤੁਹਾਡੇ ਤੱਕ ਪਹੁੰਚਦੀ ਹੈ ਜੂਰੋ ਦਾ ਜਿਹੜਾ ਅੱਜ ਦਾ ਰੇਟ ਹੈ ਜੀ 90 ਰੁਪਏ 87 ਪੈਸੇ ਚੱਲ ਰਿਹਾ 1 ਪੌਂਡ ਦਾ ਰੇਟ 105 ਰੁਪਏ 64 ਪੈਸੇ ਅਮਰੀਕਾ ਦੇ 1 ਡਾਲਰ 82 ਰੁਪਏ 88 ਇਿੱਥੇ ਗੱਲ ਬਖਰੀ ਹੈ ਕਿ ਜੋ ਤੁਸੀਂ ਪੈਸੀ ਇੰਡੀਆ ਨੂੰ ਭੇਜਣੇ ਆ ਤਾਂ ਜਿਹੜਾ ਰੇਟ ਹੈ ਜੀ ਤੁਹਾਨੂੰ ਜਿਹੜਾ ਇਸ ਤੋਂ ਕੁਝ ਘੱਟ ਹੀ ਮਿਲੇਗਾ ਤੇ ਜੇ ਤੁਸੀਂ ਯੂਰੋ ਪਾਉਂਡ ਜਾਂ ਡਾਲਰ ਖਰੀਦਣੇ ਹੋਣਗੇ ਤਾਂ ਉਹਦੇ ਵਾਸਤੇ ਜਿਹੜਾ ਰੇਟ ਹੈ ਜੀ ਜ਼ਿਆਦਾ ਪੇ ਕਰਨਾ ਪੈਂਦਾ ਹੈ। ਬਾਕੀ ਜਿਹੜੇ ਲੋਕ ਇਟਲੀ ਦੇ ਵਿੱਚ ਰਹਿੰਦੇ ਹਨ 올ਿਵ ਆਇਲ ਜਿਸ ਨੂੰ ਆਪਾਂ ਜਤੂਨ ਦਾ ਤੇਲ ਵੀ ਕਹਿੰਦੇ ਹਾਂ ਇਸ ਨੂੰ ਲੋਕ ਅਕਸਰ ਹੀ ਖਰੀਦਦੇ ਹਨ ਕਿਉਂਕਿ ਇਹ ਇਤਲੀ ਦੇ ਲੋਕਾਂ ਦਾ ਪਸੰਦੀਦਾ ਤੇਲ ਹੈ ਤੇ ਇਟਲੀ ਆਪਣੇ ਇਸ ਤੇਲ ਦੇ ਕਰਕੇ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਵੀ ਹੈ ਕਿਉਂਕਿ ਜਿਹੜੀ ਇਟਲੀ ਦੀ ਚੀਜ਼ ਬਣੀ ਹੁੰਦੀ ਹੈ ਜਿਹਨੂੰ ਬਹੁਤ ਜ਼ਿਆਦਾ ਸ਼ੁੱਧ ਸਮਝਿਆ ਜਾਂ ਪਰantu ਹੁਣ ਤੁਹਾਨੂੰ ਇੱਥੇ ਦੱਸ ਦਈਏ ਕਿ ਅਗਰ ਤੁਸੀਂ ਇਟਲੀ ਵਿੱਚ ਰਹਿੰਦੇ ਹੋ ਤੇ ਕੋਈ ਚੀਜ਼ ਖਰੀਦਦੇ ਹੋ ਤੇ ਮੰਨਦੇ ਵਿੱਚ ਇਹ ਧਾਰਨਾ ਕੱਢ ਦਈਓ ਕਿ ਜਿਹੜੀ ਚੀਜ਼ ਹੈ ਜੀ ਬਿਲਕੁਲ ਨੰਬਰ 1 ਦੀ ਹੈ ਇਹਦੀ ਜਿਹੜੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ ਹੋਇਆ ਇਸ ਤਰ੍ਹਾਂ ਕਿ ਇਟਲੀ ਦੀ ਜਿਹੜੀ ਪੁਲਿਸ ਦੀ ਇੱਕ ਬ੍ਰਾਂਚ ਹੁੰਦੀ ਹੈ ਜਿਸ ਨੂੰ NAS ਜਿਹੜੀ ਕਿ ਇਟਲੀ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੀ ਇੱਕ ਨਿੱਕੀ ਜਿਹੀ ਚੀਜ਼ ਜਿਹੜੀ ਸ਼ੁੱਧ ਹੈ ਜਿਹਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ ਹੋਈ ਇੱਕ ਮਹਿਕਮਾ ਹੈ ਜਿਹੜਾ ਕਿ ਇੱਥੇ ਇਸ ਚੀਜ਼ ਨੂੰ ਕੰਟਰੋਲ ਕਰਦਾ ਹੈ ਤੇ ਅਗਰ ਲੋੜ ਪੈਂਦੀ ਹੈ ਤੇ ਇਹ ਜਿਹੜੇ ਬ੍ਰਾਂਚ ਹੁੰਦੀ ਹੈ ਹੁਣ ਜਿਹੜੀਆਂ ਕੰਪਨੀਆਂ ਇਟਲੀ ਦੇ ਵਿੱਚ ਜਤੂਨ ਦਾ ਤੇਲ ਬਣਾਉਂਦੀਆਂ ਨੇ ਇੱਥੇ ਦੱਸ ਦਈਏ ਕਿ 올ਿਵ ਆਇਲ ਐਕਸਟਰਾ ਵਰਜਿਨੇ ਦੀ 올ਿਓ ਦੀ ਅਲੀਵਾ ਐਕਸਟਰਾ ਵਰਜਿਨੇ ਹੁੰਦਾ ਹੈ ਜਿਹੜਾ ਬਿਲਕੁਲ ਜਿਹੜਾ ਠੰਡੀ ਤਕਨੀਕ ਦੇ ਨਾਲ ਤੇਲ ਕੱਢਿਆ ਜਾਂਦਾ ਹੈ ਤੇ ਇੱਕ ਜਿਹੜਾ ਜਤੂਨ ਦਾ ਤੇਲ ਆਉਂਦਾ ਹੈ ਜੀ ਰਾਫਿਨਾਤਾ ਰਾਫਿਨਾਤਾ ਮਤਲਬ ਕਿ ਰਿਫਾਈਨਡ ਜਤੂਨ ਦਾ ਤੇਲ ਤੇ ਇੱਕ ਹੁੰਦਾ ਹੈ ਜੀ ਜਿਹੜੀਆਂ ਜਤੂਨ ਦੇ ਤੇਲ ਦੀਆਂ ਫਰੂਟ ਜਿਹੜਾ ਜਤੂਨ ਦਾ ਹੁੰਦਾ ਹੈ ਉਹਦੀਆਂ ਜਿੜਕਾਂ ਨਿਕਲਦੀਆਂ ਹਨ ਉਹਦੀਆਂ ਜਿੜਕਾਂ ਦਾ ਤੇਲ ਇਹ ਜਦੋਂ ਤੁਸੀਂ ਤੇਲ ਖਰੀਦਣਾ ਹੈ ਤਾਂ ਉੱਤੇ ਜਿਹੜਾ ਬਿਲਕੁਲ ਦੇਖਣਾ ਹੈ ਕਿ ਰ ਬਾਕੀ ਜਿਹੜੀ ਤੁਹਾਨੂੰ ਖ਼ਬਰ ਇਹ ਦੱਸ ਰਹੀ ਸੀ ਕਿ ਇਟਲੀ ਦੀਆਂ 256 ਜਿਹੜੀਆਂ ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਕਿ ਜਤੂਨ ਦਾ ਤੇਲ ਜਿਹੜਾ ਬਣਾਉਂਦੀਆਂ ਹਨ ਇਹਨਾਂ ਨੂੰ ਜਿਹੜਾ ਹੈ ਜੀ ਸੀਲ ਕੀਤਾ ਗਿਆ ਹੈ ਇਸ ਡਿਪਾਰਟਮੈਂਟ ਦੇ ਵੱਲੋਂ ਡਿਪਾਰਟਮੈਂਟ ਦੇ ਵੱਲੋਂ ਕਿਹਾ ਗਿਆ ਹੈ ਕਿ ਲੋਕ ਜਿਹੜੇ ਹਨ ਜੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਹਨ ਤੇ ਬਹੁਤ ਹਜ਼ਾਰਾਂ ਲੀਟਰ ਜਿਹੜਾ ਜਤੂਨ ਦਾ ਤੇਲ ਜਿਹੜਾ ਕਿਨਾ ਵੱਲੋਂ ਦੱਸਿਆ ਗਿਆ ਕਿ ਬਿਲਕੁਲ ਅਸ਼ੁੱਧ ਹੈ ਇਹ ਸ਼ੁੱਧ ਤੇਲ ਬਣਾ ਕੇ ਦੇਸ਼ ਵਿਦੇਸ਼ ਦੇ ਵਿੱਚ ਵੇਚ ਰਹੀਆਂ ਸਨ ਇਥੇ ਪੋਰਸਿਬਲ ਵੀ ਦੱਸਿਆ ਗਿਆ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜਾ ਕਿ ਅਸ਼ੁੱਧ ਤੇਲ ਸੀ ਸਹੀ ਨਹੀਂ ਸੀ ਇਸ ਨੂੰ ਜਿਹੜਾ ਐਕਸਟਰਾ ਵਰਜਿਨ ਕਹਿ ਕੇ ਵੇਚਿਆ ਤੇ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਗੰਦਾ ਵਾਤਾਵਰਨ ਪਾਇਆ ਗਿਆ ਗੰਦਗੀ ਪਾਈ ਗਈ ਤੇ ਉਪਕਰਨ ਜਿਹੜੇ ਕਿ ਜਿਨ੍ਹਾਂ ਇੰਸਟਰੂਮੈਂਟ ਦੇ ਨਾਲ ਜਿਹੜਾ ਤੇਲ ਕੱਢਿਆ ਜਾਂਦਾ ਸੀ ਉਹਨਾਂ ਦੇ ਵਿੱਚ ਜੰਗ ਵਗੈਰਾ ਵੀ ਲੱਗਾ ਹੋਇਆ ਸੀ 26 ਲੋਕਾਂ ਦੇ ਉੱਤੇ ਜਿਹੜਾ ਕੇਸ ਦਰਜ ਕੀਤਾ ਗਿਆ ਤੇ 22 ਜਿਹੜੀਆਂ ਕੰਪਨੀਆਂ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਤਕਰੀਬਨ ਨਵੰਬਰ ਤੋਂ ਲੈ ਕੇ ਦਸੰਬਰ 2023 ਤੱਕ ਜਿਸ ਟਾਈਮ ਇਹਨਾਂ ਨੇ ਜਿਹੜਾ ਆਪਣੀ ਕਾਰਵਾਈ ਕੀਤੀ 1 ਮਹੀਨੇ ਦੇ ਵਿੱਚ 1250 ਵਾਰ ਜਿਹੜੀ ਲਗ ਲਗ ਥਾਵਾਂ ਦੇ ਉੱਤੇ ਛਾਪੇ ਮਾਰੀ ਹੋਈ ਤੇ 1,90,000 ਦੇ ਕਰੀਬ ਜਿਹੜਾ ਯੂਰੋ ਦੇ ਵਿੱਚ ਜਿਹੜਾ ਜੁਰਮਾਨਾ ਇਹਨਾਂ ਨੂੰ ਕੀਤਾ ਗਿਆ ਹੈ। ਬਾਕੀ ਤੁਹਾਨੂੰ ਯਾਦ ਹੋਵੇਗਾ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਕਿ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਟ੍ਰਿ ਵਿੱਚ ਜਿਹਦੇ ਵਿੱਚ ਕੀ ਉਸ ਬਿਲਡਿੰਗ ਦੀ ਜਿਹੜੀ ਛੱਤ ਡਿੱਗਦੀ ਹੈ। ਹੁਣ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਸ ਜਗ੍ਹਾ ਦੇ ਉੱਤੇ ਵਿਆਹ ਜਿਹੜਾ ਹੋ ਰਿਹਾ ਸੀ ਇੱਕ ਪਹਾੜ ਦੀ ਚੋਟੀ ਦੇ ਉੱਤੇ ਸਮਾਗਮ ਹੋ ਰਿਹਾ ਸੀ ਜਿਹਦੇ ਵਿੱਚ ਕਿ 15ਵੀਂ ਸਦੀ ਦੇ ਵਿੱਚ ਬਣੀ ਹੋਈ ਇੱਕ ਜਿਹੜੀ ਬਿਲਡਿੰਗ ਜਿਹੜਾ ਕਿ ਕਿਸੇ ਟਾਈਮ ਸਹੀ ਧਰਮ ਦੇ ਲੋਕਾਂ ਦਾ ਇੱਕ ਆਸ਼ਰਮ ਹੁੰਦਾ ਸੀ 15ਵੀਂ ਸਦੀ ਦੀ ਗੱਲ ਹੈ ਅੱਜ ਤੋਂ 500 ਸਾਲ ਪਹਿਲਾਂ ਦੀ ਉਹ ਜਿਹੜੀ ਬਿਲਡਿੰਗ ਸੀ ਹੁਣ ਜਿਹੜਾ ਉਸ ਨੂੰ ਰੈਸਟੋਰੈਂਟ ਦੇ ਤੌਰ ਤੇ ਵਰਤਿਆ ਜਾ ਰਿਹਾ ਸੀ ਤੇ ਬਿਲਡਿੰਗ ਇਨੀ ਪੁਰਾਣੀ ਹੋਣ ਦੀ ਵਜ੍ਹਾ ਦੇ ਨਾਲ ਜਿਹੜਾ ਹੈ ਜੀ ਆਪਣਾ ਭਾਰ ਜਿਹੜੀ ਛੱਤ ਆਪ ਨੇ ਚੱਲ ਸਗੀ ਤੇ ਛੱਤ ਜਿਹੜੀ ਲੋਕਾਂ ਦੇ ਉੱਪਰ ਡਿੱਗ ਪਈ ਜਿਹਦੇ ਨਾਲ 30 ਲੋਕ ਜ਼ਖਮੀ ਹੋਏ ਸਨ ਬਾਕੀ ਜਿਹੜੇ ਵੀਰਾਂ ਨੂੰ ਤਗੀਦ ਹੈ ਕਿ ਡਾਕੂਮੈਂਟ ਜਿਹੜੇ ਹਾਂ ਜੀ ਇਹਦੇ ਵਾਸਤੇ ਜਿਹੜੇ ਚਾਹੀਦੇ ਹਾਂ ਤੁਸੀਂ ਤਿਆਰ ਕਰ ਲਵੋ ਕਿਉਂਕਿ ਜਿੰਨੇ ਵੀ ਤੁਹਾਡੇ ਅਕਾਊਂਟ ਹੁੰਦੇ ਹਨ ਉਹ ਜਿਹੜੀ ਕੀ 31 ਦਸੰਬਰ 2022 ਦੀ ਹੋਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਕਾਰਤਾਜ ਦੀ ਅੰਤ ਤੱਕ ਤਿਹਸਰਾ ਸੈਨੀਤਾਰੀ ਹੈ ਤੇ ਜਿਹੜੀ ਪਰਮੈਸੋ ਜਾਂ ਜੋ ਵੀ ਤੁਹਾਡੇ ਕੋਲ ਕਾਰਤਾ ਹੈ ਤੇ ਉਹਦੀ ਜਿਹੜੀ ਫੋਟੋਕਾਪੀ ਨਾਲ ਲੱਗਦੀ ਹੈ ਇਹ ਜਿਹੜੇ ਡਾਕੂਮੈਂਟ ਹਨ ਜੀ ਮੂਢਲੇ ਡਾਕੂਮੈਂਟ ਹੁੰਦੇ ਹਨ ਬਾਕੀ ਕਮੈਂਟ ਬਾਕਸ ਵਿੱਚ ਵੀ ਤੁਸੀਂ ਜਰੂਰ ਦੱਸਣਾ ਹੈ ਕਿ ਜਿਹੜਾ ਇਜ਼ੀ ਦੇ ਵਾਸਤੇ ਤੁਸੀਂ ਕਿੰਨੇ ਪੈਸੇ ਦਿੱਤੇ ਤਾਂ ਕਿ ਜਿਹੜੇ ਇਟਲੀ ਵਿੱਚ ਅਲਗ-ਅਲਗ ਥਾਵਾਂ ਤੋਂ ਸਾਡਾ ਜਿਹੜਾ ਚੈਨਲ ਵੀਡੀਓ ਦੇਖਦੇ ਹਨ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਨਾਰਮਲ ਰੇਟ ਇਟਲੀ ਦੇ ਵਿੱਚ ਕਿੰਨਾ ਕੁ ਚੱਲ ਰਿਹਾ ਹੈ ਬਾਕੀ ਜਿਹੜੇ ਵੀਰ ਸਾਡੇ ਕਿਤੇ ਵੀ ਦੁਕਾਨ ਤੇ ਜਾਂਦੇ ਹਨ ਸੌਦਾ ਪਤਾ ਖਰੀਦਦੇ ਹਨ ਉਹ ਦੁਕਾਨ ਜਿਹੜੀ ਇਟਾਲੀਅਨ ਹੋ ਸਕਦੀ ਹੈ ਜਾਂ ਇੰਡੀਅਨ ਹੋ ਸਕਦੀ ਹੈ ਤੇ ਜਿਹੜਾ ਤੁਹਾਨੂੰ ਉੱਥੇ ਸਕੰਤਰੀ ਨੂੰ ਦਿੱਤੀ ਜਾਂਦੀ ਹੈ ਇਸ ਚੀਜ਼ ਦਾ ਬਿਲਕੁਲ ਤੁਸੀਂ ਖਿਆਲ ਰੱਖਣਾ ਹੈ ਜੋ ਤੁਸੀਂ ਕਿਸੇ ਵੀ ਦੁਕਾਨ ਤੋਂ ਸੌਦਾ ਲੈਣ ਤੋਂ ਜਿਹੜੀ ਸਕੰਤਰੀ ਨਾ ਹੁੰਦੀ ਹੈ ਜੀ ਉਸ ਨੂੰ ਬਿਲਕੁਲ ਤੁਸੀਂ ਸੰਭਾਲ ਕੇ ਰੱਖਣਾ ਹੈ ਕਿਉਂਕਿ ਅਗਰ ਤੁਹਾਡੀ ਗੱਡੀ ਦੇ ਵਿੱਚ ਸਮਾਨ ਪਿਆ ਹੋਇਆ ਹੈ ਡਿੱਗੀ ਦੇ ਵਿੱਚ ਲਾ ਲਓ ਤੇ ਤੁਸੀਂ ਕਿਤੇ ਜਾ ਰਹੇ ਹੋ ਪੁਲਿਸ ਨੇ ਚੈੱਕ ਕਰ ਲਿਆ ਤੇ ਸਕੰਤਰੀ ਨਾ ਹੋਰ ਤੁਹਾਡੇ ਕੋਲ ਨਹੀਂ ਹੈ ਤੇ ਜਿਹੜੀ ਮੁਸ਼ਕਲ ਬਹੁਤ ਜ਼ਿਆਦਾ ਹੋ ਸਕਦੀ ਹੈ ਸੋ ਜਦ ਤੱਕ ਸਮਾਨ ਜਿਹੜਾ ਹੈ ਜੀ ਘਰ ਦੇ ਵਿੱਚ ਨਹੀਂ ਤੁਸੀਂ ਲੈ ਕੇ ਆ ਜਾਂਦੇ ਉਸ ਜਿਹੜੀ ਕੰਟੀਨੂ ਹੈ ਜੀ ਸੰਭਾਲਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪੁਲਿਸ ਜਿਹੜੀ ਹੈ ਕਿਤੇ ਵੀ ਰਸਤੇ ਵਿੱਚ ਬੰਦੇ ਨੂੰ ਚੈੱਕ ਕਰ ਸਕਦੀ ਹੈ ਹਾਂਜੀ ਹੁਣ ਗੱਲ ਕਰ ਲਈ ਜੀ ਹਸਪਿਤੀ ਦੀ ਹਸਪਿਤੀ ਕੀ ਹੁੰਦੀ ਹੈ ਹਸਪਿਤੀ ਮਤਲਬ ਕੀ ਹਸਪਿਤੀ ਜਿੱਦਾਂ ਕਿ ਆਪਣੇ ਘਰ ਕੋਈ ਮਹਿਮਾਨ ਆਉਂਦਾ ਹੈ ਤੇ ਉਸ ਨੂੰ ਕਹਿੰਦੇ ਹਨ ਹਸਪਿਤੇ ਤੇ ਜੇ ਆਪਣੇ ਘਰ ਦੇ ਵਿੱਚ ਆਪਾਂ ਕਿਸੇ ਬੰਦੇ ਨੂੰ ਸਪੋਜ਼ ਕਰੂਗੀ ਰੱਖਦੇ ਹਾਂ ਜਾਂ ਕਿਸੇ ਬੰਦੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਕੋਈ ਰਿਸ਼ਤੇਦਾਰ ਹੈ ਤੇ ਉਹ ਕਹਿੰਦਾ ਹੈ ਕਿ ਮੈਨੂੰ ਹਸਪਿਤੀ ਬਣਾ ਦਿਓ ਤੇਰੀ ਵਾਸਤੇ ਤੁਹਾਨੂੰ ਜਿਹੜਾ ਹੈ ਜੀ ਕਮੂਨੇ ਦੇ ਵਿੱਚ ਜਾਣਾ ਪੈਂਦਾ ਹੈ ਜਿਸ ਬੰਦੇ ਦੇ ਨਾਂ ਦੇ ਉੱਤੇ ਘਰ ਹੁੰਦਾ ਹੈ ਉਹ ਬੰਦਾ ਆਪ ਜਾਂਦਾ ਹੈ ਜਾਂ ਆਪਣੇ ਦੂਜੇ ਘਰ ਦੇ ਮੈਂਬਰ ਨੂੰ ਵੀ ਭੇਜ ਸਕਦਾ ਹੈ ਕਿਉਂਕਿ ਕਮੂਨੇ ਵਿੱਚ ਇੰਨੀ ਕਿ ਜਿਹੜੀ ਜਾਣ ਪਛਾਣ ਹਰ ਬੰਦੇ ਦੀ ਹੁੰਦੀ ਹੈ ਤੁਸੀਂ ਜਿਹੜੇ ਹੈਂ ਜੀ ਆਪਣੇ ਡਾਕੂਮੈਂਟ ਤੁਸੀਂ ਆਪਣੇ ਘਰ ਦੇ ਬਾਕੀ ਬੰਦੇ ਨੂੰ ਵੀ ਦੇ ਕੇ ਭੇਜ ਸਕਦੇ ਹੋ ਜਾਂ ਆਪ ਵੀ ਜਾ ਸਕਦੇ ਹੋ ਕਮੂਨੇ ਦੇ ਵਿੱਚ ਜਿਹੜਾ ਡਿਪਾਰਟਮੈਂਟ ਹੁੰਦਾ ਪੁਲਿਸ ਜਾਂ ਲੋਕਾਲੇ ਤੁਸੀਂ ਉੱਥੇ ਜਾਣਾ ਹੈ ਤੇ ਜਿਹੜਾ ਫਾਰਮ ਫਿਲ ਕਰਨਾ ਹੈ ਉਸ ਤੋਂ ਬਾਅਦ ਜਿਹੜੀ ਹੈ ਜੀ ਹਸਪੀਤੀ ਬਣ ਜਾਂਦੀ ਹੈ ਇਹ ਹਸਪੀਤੀ ਜਿਹੜੀ ਹੈ ਜੀ ਫਿਰ ਜਿੱਦਾਂ ਕਿ ਇੱਕ ਸਰਕਾਰ ਨੂੰ ਵੀ ਪਤਾ ਲੱਗ ਜਾਂ ਇਸ ਟਾਈਮ ਜਿਹੜਾ ਇਹ ਜਿਸ ਜਗ੍ਹਾ ਤੇ ਉੱਤੇ ਰਹਿ ਰਿਹਾ ਹੈ ਰੈਜ਼ੀਡੈਂਸ ਜਿਹੜਾ ਹੁੰਦਾ ਹੈ ਜੀ ਉਹ ਪਰਮਾਨੈਂਟ ਹੁੰਦਾ ਹੈ ਉਹ ਜਿੱਦਾਂ ਕਿ ਪੱਕਾ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਕਾਰਤਾਈ ਦੇਣਤੀਤਾ ਵੀ ਬਣਦੀ ਹੈ ਪਰੰਤੂ ਆਸਪਿਟੀ ਉੱਤੇ ਤੁਸੀਂ ਜਿਹੜਾ ਇਹ ਕੰਮ ਨਹੀਂ ਕਰ ਸਕਦੇ ਸੋ ਜਿੰਨੇ ਵੀ ਵੀਰ ਇਟਲੀ ਵਿੱਚ ਨਵੇਂ ਆਉਂਦੇ ਹਨ ਜਰੂਰ ਜਿਹੜੀ ਕੋਸ਼ਿਸ਼ ਕਰੋ ਕਿ ਮਕਾਨ ਜਿਹੜਾ ਹੈ ਜੀ ਆਪਣੇ ਨਾਂ ਦੇ ਉੱਤੇ ਕਿਰਾਏ ਤੇ ਲੈ ਲਵੋ ਜਾਂ ਕਿਸੇ ਵੀ ਤਰ੍ਹਾਂ ਜਿਹੜਾ ਰੈਜ਼ੀਡੈਂਸ ਹੈ ਜੀ ਉਹ ਬਣਾ ਲਵੋ ਤਾਂ ਕਿ ਜਿਹੜੀ ਕਾਊਂਟਿੰਗ ਹੈ ਜੀ ਸਾਲਾਂ ਦੀ ਤੁਹਾਡੀ ਹੋਵੇ ਤੇ ਜਿਹੜਾ ਸਮਾਂ ਹੈ ਜੀ ਉਹ ਬਰਬਾਦ ਨਾ ਹੋਵੇ ਬਾਕੀ ਥੀ ਇਹ ਵੀ ਗੱਲ ਦੱਸਣੀ ਜੇ ਤੁਸੀਂ ਆਪਣਾ ਮਕਾਨ ਨਹੀਂ ਲਿਆ ਤਾਂ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਕਿਉਂਕਿ ਕਿਸੇ ਦੂਜੇ ਬੰਦੇ ਦੀ ਹੈਲਪ ਤੋਂ ਬਿਨਾਂ ਜਿਹੜਾ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਉਹ ਵੀ ਤੁਹਾਨੂੰ ਉਹੀ ਬੰਦਾ ਕਰਕੇ ਦੇਵੇਗਾ ਜਿਹਦੇ ਘਰ ਦੇ ਵਿੱਚ ਪੋਸਟ ਹੋਵੇਗੀ ਹੁਣ ਰੈਜ਼ੀਡੈਂਸ ਦਾ ਬੰਦਾ ਜਿਹੜਾ ਦੂਸਰਾ ਹੈ ਜੀ ਐਡੀ ਛੇਤੀ ਕਿਉਂ ਨਹੀਂ ਤਿਆਰ ਹੁੰਦਾ ਕਿਉਂ ਲੋਕੀ ਹਜ਼ਾਰਾਂ ਯੂਰੋ ਖਰਚ ਕੇ ਵੀ ਕਈ ਵਾਰ ਰੈਜ਼ੀਡੈਂਸ ਜਿਹੜਾ ਹੈ ਜੀ ਉਹਨਾਂ ਨੂੰ ਨਹੀਂ ਮਿਲਦਾ ਕਈ ਵਾਰ ਬੰਦੇ ਪੈਸਾ ਖਰਚਣ ਦੇ ਵਾਸਤੇ ਵੀ ਤਿਆਰ ਹੁੰਦੇ ਹਨ ਹੁੰਦਾ ਇਸ ਤਰ੍ਹਾਂ ਕਿ ਤੁਸੀਂ ਜਿਸ ਬੰਦੇ ਨੂੰ ਵੀ ਕਹਿੰਦੇ ਹੋ ਕਿ ਜਿਹੜਾ ਆਪਣਾ ਰੈਜ਼ੀਡੈਂਸ ਬਣਾ ਦੇਵੀਂ ਤਉ ਉਸ ਬੰਦੇ ਦੀ ਮਜਬੂਰੀ ਹੁੰਦੀ ਹੈ ਕਿ ਜਦੋਂ ਉਹ ਤੁਹਾਡਾ ਰੈਜ਼ੀਡੈਂਸ ਆਪਣੇ ਘਰ ਦੇ ਵਿੱਚ ਬਣਾਏਗਾ ਸਪੋਜ਼ ਕਰੋ ਕਿ ਉਸਦੇ ਕੋਲ ਜਿਹੜੀ ਜਗ੍ਹਾ ਵੀ ਹੈ ਪੋਸਟੂ ਵੀ ਘਰ ਦੇ ਵਿੱਚ ਹੈ ਫਿਰ ਵੀ ਉਹਦੇ ਵਿੱਚ ਚੱਕਰ ਹੀ ਪੈਗਾ ਕਿ ਜਦੋਂ ਤੁਸੀਂ ਉਸ ਘਰ ਦੇ ਵਿੱਚ ਆਉਂਦੇ ਹੋ ਤੇ ਜਿਹੜਾ ਤੁਹਾਡਾ ਸਤਾਤੂ ਦੀ ਫੈਮਲੀਆ ਦੇ ਵਿੱਚ ਨਾ ਆ ਜਾਂਦਾ ਹੈ ਮਤਲਬ ਤੁਸੀਂ ਉਸ ਘਰ ਦਾ ਇੱਕ ਹਿੱਸਾ ਬਣ ਜਾਂਦੇ ਹੋ ਤੇ ਜਿਹੜੀ ਸਰਕਾਰ ਹੈ ਜੂ ਫਿਰ ਆਮਦਨ ਜਿਹੜੀ ਜਿੱਦਾਂ ਤੁਹਾਡੀ ਜਿਹੜੀ ਕਮਾਈ ਹੋਏਗੀ ਉਸ ਬੰਦੇ ਦੀ ਕਮਾਈ ਹੋਰ ਜਿਹੜੇ ਜੀ ਹੋਣਗੇ ਘਰ ਦੇ ਵਿੱਚ ਸਾਰਿਆਂ ਦੀ ਜਿਹੜੀ ਕਮਾਈ ਹੈ ਜੀ ਉਹ ਸੈਨ ਜਿੱਦਾਂ ਕਿ ਉਹ ਨਿਊਕਲੀਅਰ ਕਮਾਈ ਦੇਖੀ ਜਾਂਦੀ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਈਜ਼ੀ ਹੈ ਜੀ ਉਸ ਬੰਦੇ ਦਾ ਵੱਧ ਜਾਂਦਾ ਹੈ। ਕਈ ਚੀਜ਼ਾਂ ਦੇ ਵਿੱਚ ਜਿਹੜਾ ਉਸ ਨੂੰ ਕੋਈ ਡਿਸਕਾਊਂਟ ਮਿਲਦਾ ਸੀ ਉਹ ਬੰਦ ਹੋ ਜਾਂਦਾ ਹੈ। ਟੈਕਸ ਜਿਹੜੇ ਹਨ ਜੀ ਉਸ ਤੇ ਵੱਧ ਜਾਂਦੇ ਹਨ। ਜੇ ਘਰ ਦੇ ਵਿੱਚ ਕੋਈ ਬਿਮਾਰ ਬੰਦਾ ਹੈ ਤਾਂ ਜਿਹੜਾ ਉਸ ਦਾ ਖਰਚਾ ਹੈ ਜੀ ਨਰਸਾਂ ਵਗੈਰਾ ਉਹ ਵੀ ਡਬਲ ਹੋ ਜਾਂਦਾ ਹੈ। ਤੇ ਹੋਰ ਜੇ ਕੋਈ ਬਿਮਾਰ ਬੰਦੇ ਨੂੰ ਕੋਈ ਸਹੂਲਤ ਲੱਗੀ ਹੋਈ ਤੇ ਘਰ ਦੀ ਜਿਹੜੀ ਕਮਾਈ ਜ਼ਿਆਦਾ ਵਧਣ ਦੇ ਨਾਲ ਉਹ ਵੀ ਜਿਹੜੀਆਂ ਸਹੂਲਤਾਂ ਕੱਟ ਹੁੰਦੀਆਂ ਨੇ। ਜਿਹੜਾ ਤੁਹਾਡਾ ਆਪਣਾ ਕੰਮ ਦਾ ਟੈਕਸ ਹੈ ਜੀ ਉਹ ਵੱਧ ਜਾਂਦਾ ਹੈ। ਈਜ਼ੇ ਵੱਧਾ ਹੈ ਈਜ਼ੇ ਵੱਡਾ ਹੋ ਜਾਂਦਾ ਹੈ 15000 ਤੋਂ ਕ ਉਦੇ ਨਾਲ ਹੋਰ ਬਹੁਤ ਸਾਰੇ ਬਿਜਲੀ ਦੇ ਜਿਹੜੇ ਖਰਚੇ ਹਨ ਜੀ ਗੈਸ ਦੇ ਖਰਚੇ ਵਧ ਜਾਂਦੇ ਹਨ ਬਸ ਇਹੀ ਕਾਰਨ ਹੁੰਦਾ ਹੈ ਕਿ ਜਿਹੜਾ ਕੋਈ ਵੀ ਬੰਦਾ ਰੈਜੀਡੈਂਸ ਬਣਾਉਣ ਦੇ ਵਾਸਤੇ ਜਿਹੜਾ ਹੈ ਜੀ ਡੀਸੀ ਦੀ ਤਿਆਰ ਨਹੀਂ ਹੁੰਦਾ ਬਾਕੀ ਜਿਹੜੇ ਵੀ ਰਿਟਲੀ ਦੇ ਵਿੱਚ ਹੁਣ ਕਰ ਲੈਣਾ ਚਾਹੁੰਦੇ ਨੇ ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖਿਓ ਕਿ ਕਰ ਲੈਣ ਤੋਂ ਪਹਿਲਾਂ ਤੁਸੀਂ ਕੈਲਕੂਲੇਸ਼ਨ ਜ਼ਰੂਰ ਕਰਨੀ ਹੈ ਕਿ ਅੱਜ ਤਾਂ ਤੁਸੀਂ ਫਿਰਾਲ ਰਿਟਲੀ ਵਿੱਚ ਇਕੱਲੇ ਹੋ ਤੇ ਬਾਅਦ ਵਿੱਚ ਤੁਸੀਂ ਆਪਣੇ ਕਿੰਨੇ ਬੰਦੇ ਜਿਹੜੇ ਮੈਕਸਿਮਮ ਇੰਡੀਆ ਤੋਂ ਸਦਣਿਆਂ ਦੇ ਵਿੱਚ ਤੁਹਾਡੀ ਵਾਈਫ ਹੋ ਸਕਦੀ ਹੈ ਦੋ ਬੱਚੇ ਹੋ ਸਕਦੇ ਨੇ ਇੱਕ ਬੱਚਾ ਹੋ ਸਕਦਾ ਹੈ ਤੁਸੀਂ ਜਿਹੜੇ ਹੈ ਜੀ ਮਾਤਾ ਪਿਤਾ ਹੋ ਸਕਦੇ ਹੋ ਤੁਸੀਂ ਜਿਹੜਾ ਐਸਟੀਮੇਟ ਲਾ ਕੇ ਹੀ ਰੱਖਣਾ ਹੈ ਚਾਰ ਜਾਂ ਪੰਜ ਬੰਦਿਆਂ ਦੇ ਵਾਸਤੇ ਜਿਹੜਾ ਘਰ ਤੁਸੀਂ ਜਦੋਂ ਲੱਭਦੇ ਹੋ ਕਿਉਂਕਿ ਇੱਕ ਨਾਰਮਲ ਬੰਦੇ ਨੂੰ ਤਕਰੀਬਨ ਤਕਰੀਬਨ ਜਿਹੜਾ ਪੰਜ ਜਾਂ 6 ਪੋਸਟ ਤੋਂ ਵਾਲਾ ਜਿਹੜਾ ਰੈ residencey ਵਾਲਾ ਘਰ ਚਾਹੀਦਾ ਹੁੰਦਾ ਹੈ ਹੁਣ 6 ਰੈ residencey ਵਾਸਤੇ ਅਗਰ ਤੁਸੀਂ ਘਰ ਲੈਣਾ ਹੈ ਜਿਸ ਘਰ ਦੇ ਵਿੱਚ 6 ਰੈ residencey ਹੋ ਤੋ ਤੇ ਵਾਸਤੇ ਜਿਹੜੀ ਜਗ੍ਹਾ ਹੁੰਦੀ ਹੈ ਜੀ 14 ਮੀਟਰ ਇੱਕ ਬੰਦੇ ਦੀ ਜਗ੍ਹਾ ਮਿਣੀ ਜਾਂਦੀ ਹੈ ਚਾਰ ਬੰਦਿਆਂ ਦੀ 56 ਮੀਟਰ ਹੋਗੀ ਤੇ 10 10 ਮੀਟਰ ਜਿਹੜੀ ਜਗ੍ਹਾ ਅੱਗੇ ਚੱਲਦੀ ਹੈ ਇਸ ਤਰ੍ਹਾਂ ਜਿਹੜੀ ਛੇਤ੍ਰ ਮੀਟਰ ਜਿਹੜੀ ਜਗ੍ਹਾ ਹੈ ਜੀ ਕੰਧਾਂ ਕੱਢ ਕੇ ਬਾਲਕੋਨੀਆਂ ਕੱਢ ਕੇ ਜਿਹੜੀ ਅੰਦਰੋਂ ਅੰਦਰੂਨੀ ਕਮਰਿਆਂ ਦੀ ਜਗ੍ਹਾ ਹੋਣੀ ਚਾਹੀਦੀ ਹੈ ਇਹ ਜਿਹੜਾ ਤੁਸੀਂ ਖਿਆਲ ਜ਼ਰੂਰ ਰੱਖਣਾ ਹੈ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਇੱਕ ਵੀਡੀਓ ਦੇ ਅੰਤ ਵਿੱਚ ਬੇਨਤੀ ਕਰਦੀ ਇੱਕ ਜੀ ਇਜ਼ੀ ਦੇ ਵਾਸਤੇ ਤੁਸੀਂ ਕਿੰਨੇ ਪੈਸੇ ਦਿੱਤੇ ਹਨ ਇਹਦੇ ਵਾਸਤੇ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਦੱਸਿਓ ਤਾਂ ਕਿ ਹਰ ਵੀਰ ਭੈਣ ਨੂੰ ਇਸ ਬਾਰੇ ਜਿਹੜੀ ਜਾਣਕਾਰੀ ਮਿਲੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁ